ਬਹੁਤ ਬਹੁਤ ਧੰਨਵਾਦ ਜੀ ਬੂਟਾ ਸਿੰਘ ਜੀ ਫਿਰੋਜ਼ਪੁਰ ਜੀ ਦਾ। ਹੁਣ ਮੇਰੀ ਬੇਨਤੀ ਆ ਬਲਜਿੰਦਰ ਸਿੰਘ ਜੀ ਬੀ ਕੇ ਜੂ ਪੰਜਾਬ ਤੋਂ ਉਹ ਮੰਜਦੇ ਆਉਂਦੇ ਆਪਣੀ ਜਿਹੜੀ ਵਿਚਾਰ ਸੰਗਤ ਸਾਂਝੀ ਕਰਨ। ਬਲਜਿੰਦਰ ਸਿੰਘ ਜੀ ਬੀ ਕੇ ਜੂ। ਸਭ ਤੋਂ ਪਹਿਲਾਂ ਗੁਰੂ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਰਾਵੋ, ਬੋਲਣ ਦੀ ਤਿਆਰੀ ਮੈਂ ਕਿਸੇ ਹੋਰ ਗੱਲ ਦੀ ਕਰਕੇ ਆਇਆ ਸੀ। ਮੇਰੇ ਹੱਥ ਦੇ ਵਿੱਚ ਅਖਬਾਰ ਅੱਜ ਦੀ ਜਗਬਾਣੀ ਦੀ, ਇਹਦੇ ਵਿੱਚ ਸੁਨੀਲ ਜਾਖੜ ਜੋ ਅੱਜ ਦਾ ਬਿਆਨ ਦੇ ਰਿਹਾ, ਮੈਂ ਤਾਂ ਰਿਹਾ ਨਹੀਂ ਗਿਆ ਭਰਾਵੋ। ਉਹ ਕਹਿ ਰਿਹਾ ਇੱਥੇ ਦੇ ਆਗੂ ਜਿਹੜੀ ਕਿ ਆਪਣੇ ਆਗੂ ਨੂੰ ਕਹਿ ਰਹੇ ਹੈ ਡੱਲੇਵਾਲ ਤੇ ਪੰਡੇਰ ਹੋਣੀ, ਕਿ ਕਿਸਾਨਾਂ ਦੇ ਵਿੱਚ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ। ਮੈਂ ਪੁੱਛਣਾ ਚਾਹੁੰਦਾ, ਜੇ ਸਾਡੇ ਆਗੂ ਨਾ ਹੁੰਦੇ ਤੁਸੀਂ ਸਾਨੂੰ ਕਿੱਦਣ ਦੇ ਵੇਚ ਕੇ ਖਾ ਲੈਣਾ ਸੀ? ਤੁਸੀਂ ਸਾਡੀਆਂ ਫਸਲਾਂ ਬਿਹਾਰ ਵਾਂਗੂ ਅੱਜ ਤੋਂ ਕਿੰਨੇ ਸਾਲ ਪਹਿਲਾਂ ਤੇ ਉਹਨਾਂ ਨੂੰ ਮਜ਼ਬੂਰ ਕਰ ਦਿੰਦੇ? ਤੁਸੀਂ ਸਾਡੇ ਬਿਜਲੀ ਘਰ ਖਾ ਗਏ, ਤੁਸੀਂ ਸਾਡੀਆਂ ਰੇਲਾਂ ਖਾ ਗਏ, ਤੁਸੀਂ ਸਾਡੇ ਹਵਾਈ ਜਹਾਜ਼ ਖਾ ਗਏ। ਇੱਥੋਂ ਤੱਕ ਭਰਾਵੋ ਸਾਰਾ ਦੇਸ਼ ਵੇਚਣ ਤੇ ਲਾ ਦਿੱਤਾ ਇਹਨਾਂ ਲੁਟੇਰਿਆਂ ਨੇ। ਭਰਾਵੋ, ਅਸੀਂ ਜਥੇਬੰਦੀਆਂ ਨੇ 12-13 ਤਰੀਕ ਤੋਂ ਅੱਜ 3 ਮਹੀਨੇ ਹੋ ਚੁੱਕੇ ਨੇ ਭਰਾਵੋ ਘਰਾਂ ਚੋਂ ਨਿਕਲਣ ਨੂੰ। ਅਸੀਂ ਕੋਈ ਨਵੇਂ ਮੰਗਾਂ ਨਹੀਂ ਲੈ ਕੇ ਆਏ, ਅਸੀਂ 2020 ਦੀਆਂ ਮੰਗਾਂ ਲੈ ਕੇ ਆਏ, ਉਹਨਾਂ ਨੂੰ ਯਾਦ ਕਰਾਉਣ ਆਇਆ ਕਿ ਤੁਸੀਂ ਸਾਡੇ ਨਾਲ ਲਿਖਤੀ ਰੂਪ ਦੇ ਵਿੱਚ ਵਾਅਦੇ ਕਰਕੇ ਮੁੱਕ ਰਹੇ ਹੋ। ਕੋਈ ਅਸੀਂ ਨਵੀਆਂ ਮੰਗਾਂ ਨਹੀਂ ਲੈ ਕੇ ਆਏ, ਅਸੀਂ ਸੰਗਤ ਤੁਸੀਂ ਚੋਰ, ਤੁਸੀਂ ਠੱਗ ਜਿਹੜੇ ਸਾਨੂੰ ਤੁਸੀਂ ਗੁੰਮਰਾਹ ਰੱਖਦੇ ਹੋ ਕਿ ਕਿਸਾਨਾਂ ਤੇ ਵਪਾਰੀਆਂ ਨੂੰ ਲੜਾ ਰਹੇ ਨੇ। ਅਸਲੇ ਵਿੱਚ ਤੁਸੀਂ ਗੁੰਮਰਾਹ ਕਰ ਰਹੇ ਹੋ, ਤੁਸੀਂ ਗਲਤ ਬਿਆਨਬਾਜ਼ੀ ਟੀਵੀ ਦੇ ਉੱਤੇ ਤੇ ਅਖਬਾਰਾਂ ਦੇ ਵਿੱਚ ਦੇ ਕੇ ਤੁਸੀਂ ਗਲਤ ਬਿਆਨਬਾਜ਼ੀ ਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਗੁੰਮਰਾਹ ਕਰ ਰਹੇ ਹੋਗੇ। ਤੁਸੀਂ ਕਹਿ ਰਹੇ ਹੋਗੇ ਕਿ ਦੇਸ਼ ਤਰੱਕੀ ਦੇ ਵੱਲ ਜਾ ਰਿਹਾ ਹੈ। ਭਰਾਵੋ, ਤੁਹਾਨੂੰ ਪਤਾ ਕਿ 2014 ਦੇ ਵਿੱਚ ਇਹ ਸਰਕਾਰ ਨੇ ਤੁਹਾਡੇ ਨਾਲ ਕਿੱਡਾ ਵੱਡਾ ਝੂਠ ਬੋਲਿਆ ਸੀ ਕਿ 15 ਲੱਖ ਰੁਪਇਆ ਹਰ ਇੱਕ ਬੰਦੇ ਦੇ ਖਾਤੇ ਦੇ ਵਿੱਚ ਆਊਗਾ। ਜੇ ਕਿਸੇ ਬੰਦੇ ਦੇ ਖਾਤੇ ਦੇ ਵਿੱਚ ਆਇਆ ਤਾਂ ਹੱਥ ਖੜਾ ਕਰਕੇ ਦੱਸ ਸਕਦਾ ਹੈ ਕਿ ਅਸੀਂ ਝੂਠ ਬੋਲਦੇ ਹਾਂ। ਸਿਲੰਡਰ 400 ਰੁਪਏ ਤੋਂ ਲੈ ਕੇ ਇਹਨਾਂ ਨੇ ਅੱਜ 12-13 ਸੌ ਰੁਪਏ ਦਾ ਸਿਲੰਡਰ ਕਰ ਦਿੱਤਾ, ਤੇ ਜਿਹੜਾ 45-50 ਰੁਪਏ ਨੂੰ ਲੀਟਰ ਮਿਲ ਜਾਂਦਾ ਸੀ ਭਰਾਵੋ, ਇਹਨਾਂ ਨੇ 100 ਰੁਪਏ ਤੱਕ ਕਰ ਦਿੱਤਾ। ਇਹਨਾਂ ਦੇ ਆਸਣ ਦੇ ਵਿੱਚ ਲੋਕ ਪਖਾੜੀ ਬਣਾ ਦਿੱਤੇ ਨੇਗੇ, ਜਿਹੜੇ ਲੋਕ ਕਦੇ ਲੋਕਾਂ ਨੂੰ ਪੰਜਾਬ ਦਾਨੀ ਹੋਇਆ ਕਰਦਾ ਸੀ। ਮੈਂ ਇੱਕ ਗੱਲ ਕੱਲ ਵੀ ਕਹਿ ਕੇ ਗਿਆ ਸੀ, ਉਹਨਾਂ ਦੇ ਹੱਥ ਦੇ ਵਿੱਚ ਆਸਣ ਦੇ ਵਿੱਚ ਇਹ ਠੂਠਾ ਫੜਾਉਣਾ ਚਾਹੁੰਦੇ ਨੇ, ਇਹ ਤੁਹਾਡੇ ਸਾਰੇ ਹੈ। ਤੁਸੀਂ ਠੂਠਾ ਫੜਨਾ ਚਾਹੁੰਦੇ ਹੋ ਤੇ ਤੁਸੀਂ ਰਾਜੇ ਬਣ ਬਣਨਾ ਹੈਗਾ। ਮੈਂ ਤਾਂ ਪਹਿਲਾਂ ਇੱਕ ਹੋਰ ਬੁਲਾਰਾ ਵੀ ਬੋਲ ਕੇ ਗਿਆ ਸੀ, ਕਦੇ ਆਪਣਾ ਦੇਸ਼ ਸੋਨੇ ਦੀ ਚਿੜੀ ਸੀ, ਮਹਾਰਾਜਾ ਰਣਜੀਤ ਸਿੰਘ ਦਾ ਵਕਤ ਸੀ। ਜੇ ਕੁੱਤੇ ਦੇ ਘਰ ਦੇ ਵਿੱਚ ਕੈਂਠਾ ਪਾ ਦਿੰਦੇ